ਮਿੰਦਰ ਯਾਰ ਆ ਨਹੀਂ ਹੈਗਾ ਲੇਟ ਕਰਾ ਉਹ ਨਾਲੇ ਮੈਂ ਤੈਨੂੰ ਦੱਸਤੀ ਗੱਲ ਕਰ ਬਾਬੂ ਗਾਲਾਂ ਦੇਊਗਾ ਵੀ ਤੁਸੀਂ ਟਾਈਮ ਤੇ ਨਹੀਂ ਆਉਂਦੇ ਹਜੇ ਹੁਣ ਨਾ ਲਾਲਾਂ ਜਾ ਮੈਨੂੰ ਖਾਂਜਾ ਤਬਦੀ ਵੀ ਹੈਗਾ ਇੱਕ ਦੋ ਤੇ ਬਾ ਕਦੇ ਬੜਾ ਇਤਨਾ ਇਸ ਕਦਾ ਹੁੰਦੇ ਨੇ ਕੰਦੇ ਦੀਦੀ ਭਾਈ ਦੇ ਜ਼ਿਆਦਾ ਦੀਨ ਦੇ ਨੇ ਤਾਂ ਖਾਂਜਾ ਤਾਂ हेलो मिंदू ना हाँ आजा कौन जल दे तो हो जाऊँ भाई बाबू गाला दूंगा यार खेलो ये ओए और आज वाह जिन तेल मकाता यार मोटर से खड़ा ओ जालो जाल दे अपन टाइम ना लो तो पैसे लगी है तुम्हें पता ना आज अपन टाइम ना लो काम में बेदा कर देंगे टाइम ना लो अपना काम निपट दूँ ज्यादा ओ भाई बांके में तो जेल दिया रहा बाबू भाई गाला देता यार चलो कोई ना तो मतलब गदा गद आ जा छेती आ लो भाई आज भाई बन के हेलो दोस्तों, आज मैं आपको बताऊंगा भारत के बेस्ट गेमिंग प्लेटफॉर्म विंजो के बारे में, जहां पर आप 70 प्लस गेम खेल के जीत सकते हैं बहुत सारे इनाम, वो भी हर दिन। जहां पर आपको फ्री फायर एंड कॉड मोबाइल जैसे गेम के टूर्नामेंट भी मिलते हैं, जहां विंजो वर्ल्ड बार में आपको गेम्स के टूर्नामेंट खेलने को मिलते हैं, जहां पर आप जीतो या हारो आप जीत सकते हैं लाखों के इनाम। तो जरूर खेलना, क्योंकि फर्स्ट टू गेम है बिल्कुल फ्री। बिंजो पर बिंजो स्टोर भी है, बिंजो स्टोर, जहां से आप फ्री फायर, माइनक्राफ्ट एंड लॉर्ड्स मोबाइल जैसी गेम की करेंसी बाई कर सकते हैं, वो भी काफी अच्छे डिस्काउंट के साथ। और बिंजो वॉलेट से आप अपना जीता हुआ अमाउंट इजिली विदड्रॉ भी करा सकते हैं अपने पेटीएम, यूपीआई एंड बैंक अकाउंट में। तो इंतजार किस बात का, डिस्क्रिप्शन में दिए गए लिंक से डाउनलोड करो बिंजो ऐप और मेरी तरफ से आपको मिलेगा ₹50 का बोनस। हाँ भाई इंदा तेरा मुझे वो तो दिया ओहो भाई इंदा यार पैर बहुत की जंदा यार काला दिन में बैठे थे अब क्यों कर रहा है बजे बजे जग रख दिया हुई बढ़िया बढ़िया तू दस की हाल ने बजे किधर होंगे मैं तो बढ़िया है तू कहाँ बैठा रही है मैं तो यार थाईलैंड से लग गया हूँ ऐसा नाम हाल तो वधिया ने चज का कम कर लिया करो की कम कर दे बोरिया लद लिया लातिया लद लिया लातिया सारा दिन आही कम करी जाना ओए ਸਮਾਰਟ ਵਰਕ ਕਰੋ ਸਮਾਰਟ ਹਾਰਡ ਵਰਕ ਚ ਕੀ ਰੱਖਿਆ ਯੇ ਠੀਕ ਹੈਗਾ ਸਮਾਰਟ ਵਰਕ ਇਤਨੀ ਮਹਿਤ ਮਾਜ ਵਾਸ ਕੋ ਉਹ ਕਮਲਿਆ ਸਰਕਾਰ ਕੋ ਇੰਨੀਆਂ ਸਹੂਲਤਾਂ ਦਿੰਦੀ ਹੈ ਹੈ ਲੋ ਉਹਦਾ ਤੱਤੂ ਦਿੰਦੇ ਆ ਸਰਕਾਰ ਸਹੂਲਤਾਂ ਪਾਏ ਦੀ ਛਿਕਰੀ ਸਰਕਾਰ ਨੇ ਦਿੱਲੀ ਧਰਨੇ ਤੇ ਬੱਚੇ ਕਿਸਾਨਾਂ ਦੇ ਵਿਚਾਰੇ ਦੇ ਬੂਲਾ ਹਾਲ ਕਰਤਾ ਕੀ ਦਿੰਦੀ ਆ ਸਰਕਾਰ ਹੋਵੇ ਵੱਡਾ ਸਰਕਾਰ ਦਾ ਤੱਤੂ ਹੋਣੇ ਫੱਡਾਂ ਨੂੰ ਲਾਲ ਕਾਪੀ ਦਾ ਨਾਮ ਸੁਣੇ लाल कापी ते राशन मिलू है वजीफा मिलू जवाखा का कुड़िया की सागन स्कीम मिलू साइकिल मिलू पैसे तो इतों गिने नहीं जाने चढ़े महीने अकाउंट च आ जा कर कमलिया बंदू हिलात की हो तेरी क्यों नहीं बनूगी है सोनू तो पहला ही चीज च बना कौन है लाल टापी दस बैठा है तू बना ला तेन पता ही नहीं नेरे जी फ्री जाया करो पिंड वाले तो कौन मजाक करता है तो। यार मैं तू मजाक कर मेरी साड़ी लग जा तेन मजाक करूंगा मैं मैं तो तेरा फायदा सोचता है छोटे भाई वर्गा तू मेरा ਕੱਟਾ ਟੋਂਦਾ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਐ ਘੜੀ ਬਣਾ ਦਿੰਦਾ ਉਹ ਲਾਲ ਟਾਪੀ
ਘਰੇ ਨਹੀਂ ਬਣਦੀ ਇਹ ਕਚਹਿਰੀਆਂ ਕਚੂਰੀਆਂ ਚੋਂ ਪੇਪਰ ਤਿਆਰ ਕਰਾਉਣੇ ਪੈਂਦੇ ਨੇ ਸਟੈਂਪਾਂ ਲਵਾਉਣੀਆਂ ਪੈਂਦੀਆਂ ਨੇ ਫਿਰ ਜਾ ਕੇ ਤਿਆਰ ਹੁੰਦੀ ਹੈ ਐਂ ਕਿੱਥੇ ਤਿਆਰ ਹੁੰਦੀ ਹੈ ਮੇਰੇ ਯਾਰ ਬਣਾ ਦੇਣਗੇ ਗੱਲ ਤਾਂ ਫੀ 500 ਰੁਪਏ ਲੱਗੂ 500 ਰੁਪਏ ਹਾਂ ਉਹ ਦਾਲ ਨਹੀਂ ਪੈਸੇ ਤਾਂ ਜੜਾ ਉਹ ਬੋਲਿਆ ਹਜ਼ਾਰ ਹਜ਼ਾਰ ਲੱਗਦਾ ਦੋ ਦੋ ਹਜ਼ਾਰ ਲੈਂਦੇ ਨੇ ਲੋਕ ਮੇਰਾ ਛੋਟਾ ਪਾਈਆਂ ਮੈਂ ਤਾਂ 500 ਰੁਪਏ ਮੰਗ ਰਿਹਾ ਰੱਥ ਨੇ ਲੈ ਹੁੰਦੀ ਬਣਾ ਦੀ ਮੇਰੀ ਕਾਪੀ ਰੱਥ ਨੇ ਉੱਥੇ ਮੈਂ ਨਹੀਂ ਮਿਲਦਾ ਤੈਨੂੰ ਉਹ ਮੈਂ ਤਾਂ ਹੈ ਜੀ ਬਾਬੂ ਤੋਂ ਫੜ ਜਾਊਂਗਾ ਮੈਂ ਯਾਰ ਤੂੰ ਬਣਾ ਵੀ ਮੈਂ ਦੇ ਕਾਲਿਆ ਤੇਰੇ ਕੋਲ ਪੈਸੇ ਨਾ ਹੋਣ ਉਹੀ 500 ਹੈ ਮਾਸ ਕਰੀਆਂ ਕਰਦਾ ਨੂੰ ਸਭ ਕੋਲ ਦਾ ਦਿਨ ਤਾਲੀ ਦਾ ਤਾਂ ਇਹ ਗੱਲ ਮੇਰੀ ਬਾਤ ਸੁਣੋ 500 ਰੁਪਏ ਉਹ ਗਿਣਤਾ ਲਵਾਂ ਮੈਂ ਤੇਰੇ ਬੰਦਾ ਇਹ ਜੀਆਂ ਤੂੰ ਮੈਨੂੰ ਭਰੋਸਾ ਘੱਟੇ ਤੇਰੇ ਤੇ ਪਰਦੇ ਚ ਗਿਣਾ ਤਿਆਰੀ ਕਰ ਬਸ ਤਾਂ ਪੈਸੇ ਗਿਣਦਾ ਮਰ ਜੇਗਾ ਇੰਨੇ ਪੈਸੇ ਦੇਣੇ ਸਰਕਾਰ ਨੇ ਤੈਨੂੰ ਬਸ ਤੂੰ ਯਾਰ ਭਾਂਡ ਤੂੰ ਮਾੜਾ ਪਥੈਲੇ ਚ ਲਗ ਲਾ ਕੇ ਖਰਾਬ ਹੋ ਜਾਂਦਾ ਲਾਲ ਕਾਪੀ ਬਣਾਉਣੇ ਪੈਸਾ ਕੀ ਕਰਾਂਗੇ ਭਾਂਡ ਜੀ ਜਾਂਦੇ ਮੈਂ ਲੈ ਗਿਆ ਤੈਨੂੰ ਵੀ ਆ ਜਾ ਚਲੋ ਮੈਂ ਮਿੰਟ ਦਾ ਸੈਲਰ ਚ ਕੰਮ ਕਰਨ ਵਾਲਾ ਨੀ ਤੀ ਅੱਧ ਮੇਰੇ ਘਰੇ ਕੋਠੀ ਪਾਈ ਹੁੰਦੀ ਮਿੰਟ ਦਾ ਅੱਧ ਦਾ ਅੱਜ ਕੱਚੇ ਕੋਠੇ ਚ ਨਹੀਂ ਨਾ ਤੇਰੇ ਕੱਟ ਕੇ ਬਾਬੂ ਦਿੰਦਾ ਮੈਨੂੰ ਤੈ ਮੇਰੀ ਫੱਤੀ ਪੋਚਿਆ ਮਿੰਟ ਦਾ ਗਾਟਨੀ ਨਾਲ ਐ ਚੱਕ ਕੇ ਫੱਤੀ ਪੋਚਿਆ ਤੈ ਮੇਰੀ ਮੈਂ ਕੀ ਕਰਦਾ ਜਿਹੜੀਆਂ ਤੇ ਗੱਡਾਂ ਕਰੀਆਂ ਨੇ ਤੂੰ ਮੇਰੀ ਬਾਲਾ ਰੋੜਾ ਕਰ ਤੂੰ ਕੀ ਹੋ ਗਿਆ ਤੈਨੂੰ ਕਿਸੇ ਨੂੰ ਕੁਛ ਕਹਿਤਾ ਪੈਸੇ ਤੈਨੂੰ ਦਬਾਏ ਨੀ ਦੱਸ ਮੈਂ ਪੈਸੇ ਦੀ ਧਾਰ ਨੀ ਮਾਰਦਾ ਹੁਣ ਮੇਰੇ ਬਸੇਰੇ ਪੈਸੇ ਉਹਨਾਂ ਨੇ ਤੇਰੇ ਲੰਡੂ ਕਰਦੇ ਨਾ ਮੂੰਹ ਹੀ ਲੱਦਣਾ ਤੈਨੂੰ ਮੇਰੇ ਪੈਸੇ ਆ ਜਾਣੇ ਜਾਂ ਮੈਂ ਖਾ ਗਿਆ ਹੋਵਾਂ ਮਹਿੰਦਰ ਖਾ ਗਿਆ ਹੋਵੇ ਤੂੰ ਮਿੰਟ ਦਾ ਯਾਰ ਮੈਂ ਤੈਨੂੰ ਜਦੋਂ ਕਹਿਦਾ ਮੇਰੇ ਮੂੰਹ ਨਾਲ ਲੱਦ ਯਾਰ ਹੱਦੇ ਮੇਰੇ ਪੈਸੇ ਮੈਂ ਤੈਨੂੰ ਕਿਹਾ ਯਾਰ ਤੂੰ ਮੇਰੇ ਪੈਸੇ ਕਰਦੇ ਜੇ 3-5 ਕਰਨੇ ਅੱਤਰ ਨਹੀਂ ਜਿੱਥੇ ਮਾਦੀ ਪਲਟੀ ਆ ਨਹੀਂ ਹੋਏ ਮੈਂ ਤਾਂ ਆਪਣਾ ਭਲਾ ਸੋਚਣਾ ਭਾਈ ਵੀ ਆ ਜਾ ਕੰਮ ਦੇ ਬੰਦੇ ਪਾਉਂਦੇ ਨੇ ਮੇਰੇ ਨਾਲ 4 ਵਜੇ ਆ ਜਾਈ ਜਿੱਥੇ ਮਾਦੀ ਮਿੰਦਲਾ ਮੈਂ ਅੱਜ ਨੂੰ ਧੱਕੇ ਨਾ ਖਾਂਦਾ ਉਹ ਜੇ ਮੇਰੀ ਲਾਲ ਟਾਪੀ ਬਣੀ ਹੁੰਦੀ ਮੇਰੀ ਲਾਲ ਟਾਪੀ ਬਣੀ ਹੁੰਦੀ ਮਿੰਦਲਾ ਮੇਰੀ ਲਾਲ ਟਾਪੀ ਬਣੀ ਨਹੀਂ ਮਿੰਦਲਾ ਤੇਰੇ ਕਰਕੇ ਉਹ ਤੇਰੇ ਬਾਈ ਦਾ ਦੇਰਾ ਮਿੰਦਲਾ ਓਏ ਮੈਂ ਕੀ ਕਹਿਤਾ ਤੈਨੂੰ ਮੈਂ ਤਾਂ ਕੰਮ ਤੇ ਲੈ ਕੇ ਗਿਆ ਕੰਮ ਤੇ ਤੈਨੂੰ ਘਰੇ ਲਾ ਦਿੰਦਾ ਸੀ ਮੈਂ ਕੋਈ ਮਾੜਾ ਕਰਤਾ ਹਾਂ 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 ਤੋੜਿਆ ਮੈਂ ਮਿੰਦਲਾ ਓਏ ਤੋੜਿਆ ਓਏ ਮੈਂ ਫੇਰ ਵੀ ਤੈਨੂੰ ਦੱਸਾਂ ਮਿੰਦਾ ਮੈਂ ਤੇ ਸੋਚਦਾ ਮੈਂ ਤੇਰੇ ਬਾਰੇ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਤੂੰ ਕੰਮ ਤੇ ਜਾਣਾ ਮੇਰੇ ਨਾਲ ਮੈਂ ਚਾਹੁੰਦਾ ਹੁੰਦਾ ਮੈਂ ਕੰਮ ਤੇ ਲਾਤੇ ਮੈਂ ਤੇਰੇ ਨਾਲ ਇੰਦਰਾ ਕੀ ਕਰ ਲਿਆ ਮੈਂ ਤੂੰ ਇੱਥੇ ਗੱਲ ਦੱਸ ਦਿੰਦਾ ਦੱਸ ਦੇ ਮੈਂ ਤੇਰੇ ਬਾਰੇ ਫੇਰ ਵੀ ਸੋਚਣਾ ਕਦੇ ਮੈਂ ਗੱਲ ਕਰ ਲੈਣਾ ਮੈਂ ਕਿਹਾ ਜਿੱਥੇ ਮੇਰੇ ਨਾਲ ਵੀ ਇੰਦਰਾ ਖੜ ਗਿਆ ਤੀਆ ਬੰਦਾ ਆਪਣੇ ਨਾਲ ਗੱਲ ਸੁਣ ਲਾ ਤੂੰ ਹਾਂ ਗੱਲ ਦੱਸ ਦੇ ਮੈਂ ਤੈਨੂੰ ਦੱਸ ਦੇ ਕੀ ਆ
ਕੋਈ ਨਹੀਂ ਹੈਗਾ ਸਾਰੇ ਛੋੜ ਦਾ ਮੈਂ ਚਲ ਦੱਸ ਲੋਤੀ ਨੇ ਉਹਨਾਂ ਦੇ ਦੋ ਦਾ ਉਹ ਚੱਲ ਫਿਰ ਵੀ ਭਰਜਾਈ ਗਈ ਹੋਈ ਹੈਗੀ ਜਾਪਾ ਕਰਨਾ ਭਾਈ ਭਾਈ ਵੀ ਹੈ ਮੈਂ ਦਰ ਮੈਂ ਤੇ ਬਲ ਫੇਰ ਵੀ ਛੋਚਦਾ ਉਹ ਇੱਥੇ ਵੀ ਛੋਚਦਾ ਉਹ ਕੋਈ ਨਹੀਂ ਹੈਗਾ ਇੱਥੇ ਦੱਸ ਛੇਤੀ ਨਾਲ ਤਾਂ ਪੀਏ ਨਾਲ ਹੈ ਨਾਲ ਕਾਪੀ ਕਿੱਥੋਂ ਬਣਦੀ ਆ ਨਾਲ ਮੈਂ 500 ਰੁਪਏ ਦੇ ਦੀ ਹਾਂ ਮੇਰਾ ਬੰਦਾ ਹੈਗਾ ਲਿਫਟ ਬਹੁਤ ਨਹੀਂ ਮਿਲੇ ਚਲ ਉਹ ਤਾਂ ਦੇ ਬਣਾ ਤੇਰਾ ਮੇਰਾ ਕੀ ਬੰਦਿਆ ਨਾਲ ਤਾਂ ਪੀਆ ਵਦੀਫਾ ਮਿਲਦਾ ਟੂਰ ਮਿਲਦਾ ਹੋਈ ਅੱਛਾ ਮੈਂ ਇੱਥੇ ਕਹਿੰਦੇ ਅਮਨ ਮੱਤੇ ਹੁੰਦੇ ਨੇ ਤੈਨੂੰ ਵੀ ਨਹੀਂ ਦੱਸਤਾ ਮੇਰਾ ਦੋਸਤ ਆ ਯਾਰ ਗਾਹਾਂ ਗੱਲ ਨਾ ਕਰੀ ਮੈਂ ਜਦੋਂ ਗਾਹਾਂ ਗੱਲ ਕਰੀ ਦੂਰ ਬਾ ਜਾ ਨਾ ਨਾ ਮੈਂ ਨਹੀਂ ਮੈਂ ਤਾਂ ਕਹਿੰਦਾ ਥੋੜਾ ਪਰਦਾ ਰੱਖਿਆ ਯਾਰ ਠੀਕ ਹੈ ਨਾ ਤਾਂ ਸਹੀ ਤੇ ਹੁਣ ਜਦ ਦਾਲ ਟਾਕੀ ਬਣਾ ਲਾ ਵੀ ਗੱਲ ਸੁਣੋ ਕਹਿੰਦਾ ਵਦੀਫਾ ਉਹ ਟੂਰ ਬਦੀ ਦਵਾਈ ਦਿੰਦਾ ਫਿਰ ਠੀਕ ਹੈ ਨਾ ਦਿਨ ਉਂ ਪੈਸੇ ਆ ਜਾਂ ਅਮਨ ਮੱਤੇ ਆਏ ਗਾਉਣ ਦੇ ਪੈਸੇ ਅਮਨ ਮੱਤੇ ਅੱਛਾ ਯਾਰ ਚਾਰ ਬਣਾ ਆਪਾਂ ਥਾਈਲੈਂਡ ਤੋਂ ਲਾ ਕੇ ਆਪਾਂ ਕੋਈ ਸਕੋਪ ਨਹੀਂ ਥਾਈਲੈਂਡ ਦਾ ਉੱਥੋਂ ਤੱਕ ਇੱਕ ਟਾਈਮ ਪਾਸ ਹੈ ਮੈਂ ਅੱਜ ਦਵਾਰੋ ਕੁੱਤਿਆਂ ਨੂੰ ਲਾਲ ਮਾਰਿਆ ਸੀ ਹਾਂ ਰਾਤ ਮੈਂ ਦਵਾਈਆਂ ਮਿੰਦਰਾ ਗੁੱਜ ਬਾਈ ਕਹਿੰਦੀ ਹੱਥ ਵਾਸ ਕੇ ਮਿੰਦਰਾ ਲੋਕਾਂ ਦੇ ਫਸ ਫਸ ਕੇ ਬਨੈਕ ਦੇ ਇਲਾਜ ਕਰਾਇਆ ਐ ਮਿੰਦਰਾ ਉਹ ਤੂੰ ਐ ਮਿਣਾ ਉਹ ਕਰ ਕਿਹੜਾ ਦਿੰਦਾ ਹੂ ਆਪਾਂ ਨੂੰ ਤੂੰ ਬੈਗਾ ਮਗਰ ਕਰ ਨਹੀਂ ਮਿੰਦਰਾ ਤੂੰ ਮਿੰਦ ਕੀ ਨਹੀਂ ਬਲੀਵਾ ਨਾ ਤੈਨੂੰ ਮੇਰੇ ਤੇ ਉਹ ਹੈਗਾ ਤਾਂ ਹੈਗਾ ਉਹ ਤੂੰ ਕੰਮ ਤੇ ਆ ਜਾ ਮਿੰਦਰਾ ਮੈਂ ਤੈਨੂੰ ਕੰਮ ਦੇ ਵਾ ਢਾਲ ਨਹੀਂ ਮਾਰ ਦਿਆ ਤੇ ਬਾਅਦ ਮਿੰਦਰਾ ਉਮੀਦ ਨਿੱਤ ਹੋਣਾ ਨਿੱਤ ਸੱਚੀ ਗੱਲ ਹੈ ਕੀ ਗੱਲ ਹੈ ਆਪਾਂ ਘਰੇ ਤੱਦਾ ਤੂੰ ਮੈਂ ਬਾਈਕ ਸੁਣ ਜਾਵਾਂ ਤੱਦ ਵਾਲਾ ਕਿ ਕਮਾਲ ਕੰਮ ਤੇ ਰਹਿਣ ਦੀ ਤਾਮੂ ਤੂੰ ਥੱਦ ਜਾ ਤੂੰ ਬਾਹਰ ਉਹਨਾਂ ਗੱਲ ਕੋਈ ਵੈ ਦੱਠੂ ਨੂੰ ਪਤਾ ਉਹ ਅੰਦਰ ਉਹ ਦੱਜ ਜੀ ਜਾਂ ਮੇਰਾ ਵੀ ਨਹੀਂ ਬਸ ਪੈ ਤੂੰ ਤੱਦ ਜਾ ਰਾ ਕਹਿੰਦਾ ਚਾਪੀ ਲਾ ਲਾ ਓਏ ਪਾਬੀ ਤਾਂ ਲੱਗੀ ਹੋਈ ਆ ਗਾਹਾਂ ਨਾ ਗੱਲ ਕਰਦੀ ਇਹ ਜਿਹੜੀ ਸਰਕਾਰ ਆ ਮਹਿੰਦਰ ਨੇ ਆਪਣੀ ਵਾਰੀ ਸੋਚਦੀ ਆ ਸਦਾ ਹੈ ਆਪਾਂ ਨੂੰ ਆਪਾਂ ਨੂੰ ਪਤਾ ਨਹੀਂ ਕੀ ਪਤਾ ਪਤਾ ਨਹੀਂ ਆਪਾਂ ਨੂੰ ਮਹਿੰਦਰ ਨਹੀਂ ਪਤਾ ਬਈ ਮਾਸ਼ਾ ਮਾਸ਼ਾ ਹੋਰ ਬਈ ਕਾਲੇ ਦੇਖੋ ਜੀ ਕਿਵੇਂ ਫਿਰ ਮਾਸ਼ਾ ਬਈ ਕੀ ਗੱਲ ਹੋਈ ਗੱਲ ਤੂੰ ਇੱਧਰ ਆਉਣਾ ਚੱਲ ਬਣਦੀ ਠੰਡੀ ਪੈਸੇ ਦੇ ਲਾ ਫਿਰ ਕਿੰਨੇ ਕ ਫਿਰ ਵੀ ਏਦਾਂ ਲਾਲਚੀ ਕੁੱਤਾ ਨਹੀਂ ਹੈਗਾ ਮੈਂ ਰੱਬ ਦੀ ਕਿਰਪਾ ਨਾਲ ਬਹੁਤ ਹੈ ਅੱਗੇ ਬਹੁਤ ਏਦੀ ਜਾ ਰਹੇ ਹੋਣਾ ਬਿਜ਼ਨਸ ਕਰਨੇ ਨੇ ਮੱਛਾਂ ਦੀ ਵਪਾਰ ਨਹੀਂ ਕਰਨੇ ਚੱਲ ਚੱਲ ਠੀਕ ਹੈ ਲੰਡੂ ਗੱਲਾਂ ਹੈਗੀਆਂ ਕੋਈ ਨਾ ਕੋਈ ਨਾ ਕੋਈ ਨਾ ਬਹੁਤ ਵਕੜ ਬਾਈ ਇਸ ਦਾ ਆਈ ਹੈਗਾ ਤੈਨੂੰ ਪਤਾ ਥੋੜਾ ਜਿਹਾ ਦਿਮਾਗ ਤੂੰ ਤਾਂ ਵਧੀਆ ਨਿਪੜਿਆ ਕੰਮ ਯਾਰ ਕਾਲੇ ਹਾਂ ਸੱਤ ਦੀ ਵਿਕੀ ਹੋ ਯਾਰ ਕਿੰਦੜਾ ਇਹ ਨੌਲਜ ਨਹੀਂ ਹੈਗੀ ਕਿਉਂ ਬੰਦੇ ਦੇ ਆਪਾਂ ਪਹਿਲਾਂ ਬਣੂ ਬੰਦਾ ਬਿੱਟਾ ਆਪਣਾ
ਮੈਨੂੰ ਲਿੰਕ ਕਿਨੇ ਵੇ ਕੀਮਤ ਕੇ ਵੇਚ ਕੇ ਹੁਣ ਦੇ ਤੇ ਜਾਂਦਾ ਯਾਰ ਉਹ ਤੇ ਤਿਆ ਪਿਆ ਖੜਾ ਚੱਕ ਕੇ ਯਾਰ ਮੋਢੇ ਤੇ ਲੈ ਜਾਾਂਗੇ ਚੱਕ ਕੇ ਤਾ ਦਾ ਹਾਂ ਆਇਆ ਮੈਨੂੰ ਲੰਗਿਆ ਓਏ ਲੰਦਾ ਲੰਦਾ ਤੇ ਤਿਆ ਪਿਆ ਪਾਣ ਦਾ ਯਾਰ ਆ ਦਾ ਪਾਰਾ ਵਾਲਾ ਯਾਰ ਤੋ ਆਇਆ ਤੇ ਲੱਥ ਜਾ ਨਹੀਂ ਫੜਾ ਮੈਂ ਵਾ ਮੈਨੂੰ ਕੰਦੇ ਦਾ ਲਾਲ ਤਾ ਵੀ ਹੀਰੋ ਆਇਆ ਨਾ ਮੈਨੂੰ ਕਹਿੰਦੇ नवे कपड़े नवी पग बल्ले बल्ले कर शुरू से दस दा मैं तेन मसला जिते बदे बंदे होंगे ने जे मैं आया हुआ ठीक है ये दिन लाइफ वधिया तरीके जीने वेले रहने बदिया का मैं वेदा हुआ मैं इस वेचती उम्मीद जो कहने रिच रिच कहने रिच ओ बन गया मैं हूं तू पुछ इस मैं बनया क्वेश्चन पुत कर हां सोना पुछा क्वेश्चन अपने कै बच्चे ने बोला ਘਰੇ ਤਾਂ ਪੁੱਤ ਦੋ ਹੀ ਨੇ ਅੱਛਾ ਹਾਂ ਪੁੱਤ ਵੱਡਾ ਤੇ ਮੁੰਡਾ ਪੜ੍ਹਦਾ ਹਾਂ ਪੁੱਤ ਪੜ੍ਹਦਾ ਕਿਹੜੀ ਕਲਾਸ ਚ 12ਵੀਂ ਚ ਪੜ੍ਹਦਾ ਪੁੱਤ 10th 10th 11th 12th 12th ਠੀਕ ਹੈ 12ਵੀਂ ਚ ਉਹ 12ਵੀਂ ਉਹ ਸ਼ੋਰ 12ਵੀਂ ਕਹਿੰਦੇ ਉਹਨੂੰ ਤੂੰ ਕਿੰਨਾ ਖਰਚਾ ਕਰ ਦਿੰਦਾ ਉਹਦਾ ਉਹਦਾ ਖਰਚਾ ਦਾ ਪੁੱਤ ਦੇਖ ਤੈਨੂੰ ਸੱਚੀ ਜੀ ਗੱਲ ਦੱਸਾਂ ਮੈਨੂੰ ਤਾਂ ਪੁੱਤ ਕੱਖ ਦਾ ਨਹੀਂ ਪਤਾ ਸਾਰਾ ਪਤਾ ਤੇਰੀ ਮਾਸੀ ਮਾਸੀ ਕਾ ਹਾਂ ਪੁੱਤ ਉਹਦਾ ਜੋ ਮੋਟਾ ਮੋਟਾ ਸਾਹ ਲਾ ਲਾ ਪਾ 10,000 ਰੁਪਿਆ ਸਾਲ ਦਾ ਤਾਂ ਆ ਜਾਂਦਾ ਉਹਦਾ ਪੱਤਾ ਆਉਂਦਾ ਹੋਊਗਾ ਆਉਂਦਾ ਹੋਊ ਮਾਸਾ ਜੀ ਦਾ ਬੋਲ ਤੂੰ ਜਾਉਂਗਾ ਅੱਛਾ ਆਏ ਨਾ ਆਉਂਦਾ ਆਉਂਦਾ ਮਾਸਾ ਹੁਣ ਆਪਾਂ ਨੂੰ लाल टाकी थी फेड़ अपने इतने रुपया नहीं दवाक दे खत करना कौन नहीं करना सरकार दे दी बुजी फाड़ू सरकार नहीं दूंगी लाल टाकी ने माल टापा लाल टाकी ने माल टापा सरकार अपने स्कॉलरशिप दे तेरे बच्चे ने ते फ्रेंड की कर दिया ਉਹ ਤਾਂ ਬੁੱਤ ਦੋ ਨੰਬਰ ਗਈ ਆ ਅਸੀਂ ਲੈਟਰੀਨ ਕਰਦੀ ਆ ਨਹੀਂ ਐ ਨਹੀਂ ਮਦੂ ਪੜਦੀ ਆ ਉਹ ਵਾਲਾ ਕਾਣੂ ਪੜਦੀ ਆ ਪੁੱਤ ਉਹ ਦਿਮਾਗ ਹੀ ਨਹੀਂ ਹੈਗਾ ਤਾਂ ਅੱਛਾ ਤੇ ਮਸਾ ਤੇਰਾ ਪਾ ਮੋਟ ਮੋਟ ਗੱਲ ਸੀ ਸੀ ਮੇਰੇ ਜਾ ਤੂੰ ਵਿਆਹ ਕਰੇਗਾ ਆਹੋ ਹਨਾ ਉਹਦੇ ਆਪਣਾ ਤੂੰ ਵਿਆਹ ਤੇ ਲੱਖ 2 ਲੱਖ ਰੁਪਇਆ ਲਾਏਗਾ ਮਿਲ ਲਏਗਾ ਨਾ ਤੇ ਜਿਹੜੀ ਲਾਲ ਕਾਪੀ ਹੈ ਉਹ ਤੇ ਆਪਾਂ ਨੂੰ ਮਥਰਾ ਛਣਕਾਰ ਛਾਗਣ ਸੀ ਕੀ ਮੈਂ ਦਿੰਦੀ ਆ ਕੀ ਹੁਣੇ ਵਿਆਹ ਕਰਿਆ ਭਾਈ ਤੁਸੀਂ ਆ ਲੋ ਗੁੱਡੀ ਦਾ ਛਾਗਣਾ ਜਿਹੜਾ ਤੁਹਾਡੇ ਵਿਆਹ ਤੇ ਖਾਤਾ ਹੋਇਆ ਤਾਂ ਲੋ ਠੰਡ ਦਾ दिमाग दम हो जाता है अपना दान ना उन काम नहीं जाना जिम ना उन काम अमृतसर साहब नैना देवी लागे तो कितने होर अपने बड़े धार्मिक स्थान एक तूत फ्री दें लावे हाँ सैकड़ों ਨਮਾ ਐਟਲਟ
ਉਹ ਦਿੰਦੀ ਆ ਹੀਰ ਨਾ ਹੀਰ ਦਾ ਸੋਰੀ ਅਟਲ ਹੀਰ ਦਾ ਦਿੰਦੀ ਆ ਮੈਂ ਤੇ ਹੋਰ ਦਾਲ ਕਾਪੀ ਤੇ ਹੁੰਦੇ ਨੇ ਉਹਦੇ ਵਿੱਚ ਤੇ ਪਹਿਲੇ ਬਾਬਾ ਸ਼ੀਰ ਹੋ ਗਈ ਤੇ ਇਸ ਨੂੰ ਕਰਾਇਆ ਤੇ ਹੈਨਾ ਕਿੰਨੇ ਪੈਸੇ ਖਾਚੋਗੇ ਤੇਰੇ ਜਮਾ ਹੀ ਨਹੀਂ ਹੁੰਦੇ ਤੇ ਤੇਰੀ ਦਾਲ ਕਾਪੀ ਬਣੀ ਹੁੰਦੀ ਮਸਲਾ ਲਾਲ ਕਾਪੀ ਕਾਹਦੀ ਆ ਉਹ ਤਾਂ ਇੱਕ ਚਮਤਕਾਰ ਹੈ ਗਿੱਦੜ ਸਿੰਘ ਆ ਜਿਹਨੂੰ ਮਿਲ ਗਈ ਉਹਦੇ ਪਾ ਦੇ ਨਿਆਲੇ ਨੇ ਕਿੱਥੋਂ ਮਿਲ ਉਹ ਤਾਂ ਹੈ ਮੈਂ ਕਰਾਂ ਮੱਛ ਦਾ ਕੋਈ ਨਾ ਮੇਰੀ ਬਣ ਜਾਂਦੀ ਅਸੀਂ ਬਣ ਜਾਂਦੀ ਫਿਰ ਆਪਣੀ ਗੁੱਦੀ ਦੇਖ ਆਪਣੀ ਗੁੱਦੀ ਦੀ ਵੈਪਸ ਕਿਉਂ ਆ ਗਈ ਆਪਣਾ ਮੁੰਡਾ ਸੋਦਾ ਥੋੜੀ ਜਿਹੀ ਦਵਾਈ ਉੱਚੀ ਹੋ ਗਈ ਬੱਦੇ ਲੋਕਾਂ ਨੂੰ ਰਿਹਾ ਬੱਦੇ ਕੋਲ ਜਾਇਆ ਬੱਦੇ ਕੋਲ ਖਾਇਆ ਬੱਦੇ ਲੋਕਾਂ ਦਾ ਰਹਿਣ ਦਿਆ ਪੈ ਦੂਗੀ ਮੈਨੂੰ ਸਮਝ ਗਿਆ ਤਾਂ ਕਰਕੇ ਸਾਰੇ ਘਰੇ ਵਾਲੇ ਹੁਣ ਅੱਗੇ ਦਾ ਖੂੜਾ ਘੱਟ ਹੀ ਰੱਖਿਆ ਕਰੋ ਮਸਲਾ ਚੰਗਾ ਓਕੇ ਬਾਏ ਪੁੱਤਰ ਰੋਟੀ ਤਾਂ ਖਾਣਾ ਅੱਛਾ ਮੈਂ ਰੋਟੀ ਮੈਂ ਪੀਜ਼ੇ ਖਾਣਾ ਮੈਂ ਪੀਜ਼ੇ ਬਰਗਰ ਬਸ ਤਾਂ ਹੋ ਸਕੇ ਤਾਂ ਸਾਡੇ ਕਹਿੰਦੇ ਗੇੜਾ ਨਾ ਮਾਡਾ ਕਰੋ ਕਿਉਂਕਿ ਸਾਡੀ ਤੁਹਾਡੇ ਨਾਲ ਹੁਣ ਨਿਭਣੀ ਨਹੀਂ ਚੰਗਾ ਫੋਗੀ ਮੈਂ ਕਾਲਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਮਈ ਬਈ ਬੈਠਾ ਬੈਠਾ ਮਜੇ ਤੂੰ ਠੀਕ ਆ ਬਈ ਜਮਾ ਵਧੀਆ ਹਾਂ ਸੈਟ ਆ ਤੂੰ ਦੱਸ ਕਿਵੇਂ ਮੈਂ ਅੱਥਵਾ ਤੂੰ ਆ ਜਾ ਅੱਛਾ ਲੈ ਹੱਥ ਕਰ ਕੀ ਕਰਨਾ ਉਹ ਕਰਤਾ ਆ ਕੋਈ ਬੰਦੀ ਆ ਹੁਣੀ ਉਹ ਕਿਹੜੀ ਲਾਲ ਕਾਪੀ ਇਹ ਪੈਸੇ ਮੈਂ ਲੱਗੇ ਆਪਾਂ ਲਾਲ ਕਾਪੀ ਤੇ ਕੋਈ ਆ ਫੜ 500 ਰੁਪਿਆ ਇਤਰੇ ਤੋਂ ਮੈਂ ਉਸ ਦਿਨ ਉਧਾਰ ਨਹੀਂ ਲੈ ਕੇ ਗਿਆ ਸੀ 500 ਰੁਪਿਆ ਕਿੱਦੇ ਉਹ ਵਾਪਸ ਕਰਨਾ ਨਹਿਰ ਤੇ ਬੈਠਾ ਸੀ ਤੂੰ ਪਰਸੋਂ ਹੋਰ ਸੁਣਾ ਵਧੀਆ ਤੂੰ ਦਾਲ ਥੋਲੂ ਲੈ ਦੇ ਅੱਜ ਬਈ ਮੈਂ ਤੈਨੂੰ ਚਾਹੀ ਨਾਲ ਟਾਪੀਆ ਦੇ ਦੇ ਤੇਰੀ ਪੈਸੇ ਯਾਰ ਕਾਲੇ ਗੱਲ ਪਤਾ ਕੀ ਆ ਮੈਨੂੰ ਸੀ ਉਹਦੇ 500 ਰੁਪਏ ਦੀ ਲੋੜ ਹੁਣ ਮੈਂ ਤੇਰੇ ਤੋਂ ਉਧਾਰ ਮੰਗਦਾ ਤਾਂ ਚੰਗਾ ਲੱਗਦਾ ਨਹੀਂ ਸੀ ਯਾਰ ਉਹ ਯਾਰ ਮੇਰਾ ਨੌ ਟੁੱਟਿਆ ਹੋਇਆ ਸੀ ਮੈਂ ਡਾਕਟਰ ਤੋਂ ਦਵਾਈ ਲੈ ਕੇ ਆਉਣੀ ਸੀ ਮੈਂ ਤਾਂ ਮੰਗ ਕੇ ਲਿਆ ਸੀ ਦਿੱਥੋਂ ਨਹੀਂ ਦਾਲ ਟਾਪੀ ਕਹਿੰਦਾ ਸੀ ਬਈ ਦਾਲ ਟਾਪੀ ਕਰੀ ਉਹ ਯਾਰ ਲਾਲ ਕਾਪੀ ਦਾ ਤਾਂ ਮੈਂ ਬਹਾਨਾ ਲਾਇਆ ਸੀ ਹੁਣ ਤਾਂ ਤੂੰ ਕਿਵੇਂ ਕਹਿੰਦਾ ਵੀ ਕਾਲੇ ਮੈਨੂੰ ਉਧਾਰ ਦੇ ਦੇ ਯਾਰ ਕਿਹੜੇ ਲਾਲ ਕਾਪੇ ਬਣਦੇ ਨੇ ਸਾਰਾ ਕੁਝ ਬੇਚਦਾ ਤੂੰ ਏ ਸਾਰਾ ਚੁੱਪ ਕਰ ਜਾ ਸਾਰਾ ਕੁਝ ਬੇਚਦਾ ਤੂੰ ਉਹ ਮੂਰਖ ਬੰਦਿਆ ਉਹ ਮੈਂ ਤੈਨੂੰ ਵੇਚਣ ਨੂੰ ਥੋੜਾ ਗਿਆ ਸੀ ਉਹ ਮੈਂ ਤੈਨੂੰ ਕਿਹਾ ਸੀ ਵੀ ਪੈਸੇ ਆ ਜਾਇਆ ਕਰਨਗੇ ਆਜੂ ਬਾਜੂ ਤੂੰ ਸਮਾਨ ਵੇਚਦਾ ਸਾਰਾ ਕੁਝ ਤੂੰ ਤਾਂ ਕਹਿੰਦਾ ਸੀ ਤੂੰ ਕਹਿੰਦਾ ਸਾਰਾ ਕੁਝ ਨਾਲ ਕਾਪੀ ਤੇ ਮਿਲਦਾ ਤੇ ਥੱਲੋਂ ਨਾਲ ਦੇ ਧੱਕੇ ਖਾ ਲਿਆ ਮੈਂ ਤਾਂ ਹੱਟ ਗਿਆ ਕੁਛ ਨਹੀਂ ਬਣਦਾ ਤੁਹਾਡਾ ਲੋਕਾਂ ਦਾ ਉਹ ਕੁਛ ਨਹੀਂ ਬਣਦਾ ਤੁਹਾਡਾ ਲੋਕਾਂ ਦਾ ਯਾਰ ਟੱਪੀ ਨਾ ਦੇ ਦੇ ਓਏ ਮੈਂ ਛੱਡ ਦੇ ਨਹੀਂ ਦਾਬਾ ਕਰੂ ਮਾਇਦਾ ਟੱਪੀ ਦੇ ਨਾ ਮੈਂ ਤਾਂ ਕਿਵੇਂ ਲੱਗਿਆ ਜਵਾਖਾਂ ਵਾਂਗੂ ਰੋਣ ਓਏ ਥੋੜਾ ਬਹੁਤ ਅਕਲ ਨੂੰ ਹੱਥ ਮਾਰ ਲੈਂਦਾ ਐ ਥੋੜਾ ਕੁਛ ਮਿਲਦਾ ਹੁੰਦਾ ਉਹ ਮਿਹਨਤ ਤਾਂ ਕਰਨੀ ਪੈਂਦੀ ਹੁੰਦੀ ਹੈ ਤੂੰ ਤਾਂ ਕਿਹਾ ਸੀ ਨਾ ਲਾਲ ਕਾਪੀ ਸਾਰਾ ਦਿੱਤ ਦੇ ਦਿੱਤੀ ਐ ਕਾਪੀਆਂ ਤੋਂ ਕੁਛ ਮਿਲਦਾ ਹੁੰਦਾ ਉਹ ਮੂਰਖ ਬੰਦਿਆ ਕਰਦੇ ਸੰਦ ਵੇਚਤੇ ਸਾਰੇ ਮੈਸ ਵੇਚਤੀ ਓਏ ਹੋਰ ਤਾਂ ਹੋਰ ਕੰਮ ਕਾਰ ਵੀ ਛੱਡ ਗਿਆ ਵਾਹ ਓਏ ਤੇਰੇ
ਆਹੀ ਸਰਕਾਰਾਂ ਦੀਆਂ ਨੀਤੀਆਂ ਨੇ ਤਾਂ ਆਹੀ ਤਾਂ ਇਹੋ ਜਿਹੀਆਂ ਚੀਜ਼ਾਂ ਲਾਗੂ ਕਰਦੀਆਂ ਨੇ ਸਾਨੂੰ ਦਾਲ ਆਟਾ ਦਿੰਦੀਆਂ ਨੇ ਵੜਿਆ ਕੇ ਰੱਖ ਰੱਖਿਆ ਸਾਨੂੰ ਵਿਹਲੇ ਕਰਕੇ ਨੇ ਲੋਕ ਮਿਹਨਤ ਕਰ ਮਿਹਨਤ ਮਿਹਨਤ ਦਾ ਖੱਟਿਆ ਖਾਏਗਾ ਇਹ ਕਾਪੀਆਂ ਨਾਲ ਨਹੀਂ ਤੇਰੇ ਘਰ ਪੂਰੇ ਹੁੰਦੇ ਇਹਨਾਂ ਨਾਲ ਨਹੀਂ ਬੰਗਲੇ ਖੜੇ ਹੁੰਦੇ ਤੇਰੇ ਐ ਨਹੀਂ ਗਰੀਬੀ ਚੱਕੀ ਜਾਂਦੀ ਐ ਤਾਂ ਦਿਨੋਂ ਦਿਨ ਅੰਦਰੋਂ ਅੰਦਰ ਹੀ ਖੋਖਲਾ ਹੁੰਦਾ ਜਾਏਗਾ ਤੂੰ ਕਦੋਂ ਕੁ ਤੱਕ ਆਸ ਰੱਖੇਗਾ ਇਹਨਾਂ 'ਤੇ ਕਦੋਂ ਕੁ ਤੱਕ ਇਹਨਾਂ ਤੂੰ ਲੈ ਲੈ ਖਾਈ ਜਾਏਗਾ ਤੂੰ ਭਾਈ ਆਖਿਰਕਾਰ ਹੱਡ ਧਾਪ ਦੇ ਚੜਾਉਣੇ ਪੈਣਗੇ ਤੈਨੂੰ ਮੈਂ ਤਾਂ ਤੈਨੂੰ ਇੱਕ ਝੂਠ ਬੋਲਿਆ ਸੀ ਬਸ ਮੈਨੂੰ ਐਂ ਸੀ ਵੀ ਤੂੰ ਸਮਝ ਜਾਏਗਾ ਸਿਰਫ 500 ਰੁਪਇਆ ਲੈਣ ਦੇ ਮਾਰੇ ਨੇ ਮੈਂ ਵੀ ਕਸੂਰਵਾਰ ਮੰਨਦਾ ਮੈਂ ਪਰ ਮੇਰਾ ਇਹ ਇਰਾਦਾ ਨਹੀਂ ਸੀ ਕਿ ਤੇਰਾ ਸਮਾਨ ਵਿਕਿਆ ਦਾ ਕਰਦਾ ਉਹ ਮੂਰਖਾ ਕੰਮ ਕਾਰ ਛੱਡ ਕੇ ਬਹਿ ਗਿਆ ਆਪਦਾ ਚੱਲ ਉਹ ਤਾਂ ਠੀਕ ਹੈ ਕਿਸੇ ਹੋਰ ਦੀ ਫੱਟੀ ਤਾਂ ਨਹੀਂ ਪੋਚੀ ਨਾਲ ਇੱਕ ਹੋਰ ਦੱਸ ਦਿੱਤਾ ਬਾਈ